ਪੰਜਾਬੀ ਯੂਨੀਵਰਸਿਟੀ ਪਟਿਆਲਾ ਸੈਸ਼ਨ ਮਈ 2024 ਦੀਆਂ ਸੈਮਿਸਟਰ ਪ੍ਰੀਖਿਆਵਾਂ ਦੇ ਸਾਰੇ ਕੋਰਸਾਂ ਦੇ ਰੈਗੂਲਰ ਪ੍ਰਾਈਵੇਟ ਡਿਸਟੈਂਸ ਐਜੂਕੇਸ਼ਨ ਬੀਏ ਐਡੀਸ਼ਨਲ ਤੇ ਰੀ ਅਪੀਅਰ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸ ਭਰਵਾਨ ਲਈ ਪਿਛਲੇ ਵੀਡੀਓ ਵਿੱਚ ਲਾਸਟ ਡੇਟ 29 ਫਰਵਰੀ 2024 ਜੋ ਦੱਸੀ ਗਈ ਸੀ ਇਸ ਬਾਰੇ ਥੋੜੇ ਡਾਊਟ ਇਹ ਨੇ ਕਿ ਜਿਹੜੇ ਦੁਆਰਾ ਤੁਹਾਡੇ ਦੁਆਰਾ ਬਾਰ ਬਾਰ ਪੁੱਛੇ ਜਾ ਰਹੇ ਨੇ ਕਿ ਕੀ ਅਸੀਂ ਦੁਬਾਰਾ ਤੋਂ ਫੀਸ ਭਰਨੀ ਹੈ ਫਾਰਮ ਭਰਨੇ ਹਨ ਉਸਦਾ ਉੱਤਰ ਇਹ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਦਾ ਬੀਏ ਦਾ ਐਡੀਸ਼ਨਲ ਪੇਪਰ ਭਰਿਆ ਹੈ ਉਹਨਾਂ ਨੇ ਲਗਭਗ 9000 ਸਮਥਿੰਗ ਕਰੀਬ ਫੀਸ ਪਿਛਲੇ ਸਾਲ ਭਰੀ ਸੀ ਪਿਛਲੇ ਸੈਮਿਸਟਰ ਵਿੱਚ ਉਹਨਾਂ ਨੇ ਉਹਨਾਂ ਦੀ ਉਹ ਫੀਸ 9000 ਦੇ ਕਰੀਬ ਜੋ ਸੀ ਉਹ 1 ਸਾਲ ਦੀ ਹੈ ਮਤਲਬ 2 ਸੈਮਿਸਟਰ ਦੀ ਹੈ ਇਸ ਲਈ ਉਹ ਵਿਦਿਆਰਥੀ ਜਿਨ੍ਹਾਂ ਨੇ ਫॉर एग्जांपल ਇਲੈਕਟਿਵ ਪੰਜਾਬੀ ਦਾ ਹੈ ਹਿਸਟਰੀ ਦਾ ਹੈ ਪੋਲੀਟੀਕਲ ਸਾਇੰਸ ਦਾ ਹੈ ਇਸ ਤਰ੍ਹਾਂ ਦੇ ਬੀਏ ਦੇ ਗ੍ਰੈਜੂਏਸ਼ਨ ਦੇ ਪੇਪਰ ਭਰੇ ਸਨ ਉਹਨਾਂ ਨੇ ਇਹ ਫੀਸ ਦੁਬਾਰਾ ਨਹੀਂ ਭਰਨੀ ਫਾਰਮ ਨਹੀਂ ਭਰਨੇ ਹਾਂ ਜੋ ਬੀਐਡ ਦੇ ਵਿਦਿਆਰਥੀ ਹਨ ਐਡੀਸ਼ਨਲ ਦੇ ਇੱਥੇ ਲਿਖਿਆ ਵੀ ਹੋਇਆ ਹੈ ਬੀਐਡ ਐਡੀਸ਼ਨਲ ਸੋ ਉਹ ਬੀਐਡ ਦੇ ਐਡੀਸ਼ਨਲ ਦੇ ਵਿਦਿਆਰਥੀ ਇਹ ਫੀਸ ਭਰਨਗੇ ਇਸ ਸਮੈਸਟਰ ਦੀ ਕੈਦੀ ਮਈ 2024 ਸਮੈਸਟਰ ਪ੍ਰੀਖਿਆਵਾਂ ਦੀ ਇਸ ਤੋਂ ਇਲਾਵਾ ਬਾਕੀ ਜੇ ਹੋਰ ਸਪਸ਼ਟ ਕਰਨਾ ਹੈ ਤੇ ਰੈਗੂਲਰ ਪ੍ਰਾਈਵੇਟ ਡਿਸਟੈਂਸ এডਿਕੇਸ਼ਨ ਤੇ ਰੀ ਅਪੀਅਰ ਸ਼ਬਦ ਇਹਦੇ ਵਿੱਚ ਆ ਰਹੇ ਨੇ ਇਟ ਮੀਨਸ ਕਿ ਇਹ ਫਾਰਮ ਤੇ ਫੀਸ ਇਨ ਵਿਦਿਆਰਥੀਆਂ ਲਈ ਹੈ ਇਸ ਤੋਂ ਇਲਾਵਾ ਹੋਰ ਡਾਊਟ ਇਹ ਆਇਸਨ ਕਿ ਸਰ ਮੈਂ ਫੀਸ ਫਿਲ ਕਰ ਦਿੱਤੀ ਹੈ ਲੇਕਿਨ ਪੈਂਡਿੰਗ ਆ ਰਿਹਾ ਹੈ ਯੂਨੀਵਰਸਿਟੀ ਪ੍ਰਤੀਨਿਧੀਆਂ ਤੋਂ ਇਹ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਵਿਦਿਆਰਥੀ ਆ ਗੂਗਲ ਕ੍ਰੋਮ ਦੇ ذریعے ਓਪਨ ਕਰਕੇ ਫੀਸ ਫਿਲ ਕਰਦਾ ਹੈ ਤਾਂ ਉਸ ਨੂੰ 24 ਘੰਟੇ ਲੱਗ ਜਾਂਦੇ ਹਨ ਅਪਡੇਟ ਹੋਣ ਲਈ ਸੋ 24 ਘੰਟੇ ਬਾਅਦ ਤੁਹਾਡਾ ਪੈਂਡਿੰਗ ਜਿਹੜਾ ਹੈ ਉਹ ਫਿਨਿਸ਼ ਹੋ ਜਾਏਗਾ ਤੇ ਤੁਹਾਡੀ ਫੀਸ ਰੀਸੀਵ ਹੋ ਜਾਏਗੀ ਉੱਥੇ ਸਬਮਿਟ ਹੋ ਜਾਏਗੀ ਦੂਸਰਾ ਹੈ ਕਿ ਜੇ ਤੁਸੀਂ ਫਾਇਰ ਬਾਕਸ ਦੇ ذریعے ਇਹ ਪ੍ਰੋਸੈਸ ਨੂੰ ਪੂਰਾ ਕਰਦੇ ਹੋ ਤਾਂ ਇਹ ਟਾਈਮ 24 ਘੰਟੇ ਵਾਲਾ ਨਹੀਂ ਲੱਗਦਾ ਸੋ ਜੇ ਇਸ ਤਰ੍ਹਾਂ ਦੇ ਡਾਊਟ ਤੋਂ ਬਚਣਾ ਹੈ ਜੇ ਪਰੇਸ਼ਾਨੀ ਤੋਂ ਬਚਣਾ ਹੈ ਫਾਇਰਵਾਲਕਸ ਨੂੰ ਪ੍ਰੇਫਰ ਕਰ ਸਕਦੇ ਹੋ ਲੇਕਿਨ ਕ੍ਰੋਮ ਨੂੰ ਯੂਜ਼ ਕਰਦੇ ਹੋ ਤਾਂ 24 ਘੰਟੇ ਦਾ ਦੀ ਵੇਟ ਤੁਹਾਨੂੰ ਕਰਨੀ ਪੈਗੀ ਅ ਸੋ ਇਸ ਬਾਰੇ ਹੋਰ ਕੋਈ ਤੁਹਾਡਾ ਡਾਊਟ ਸ਼ੰਕਾ ਹੋਵੇ ਤਾਂ ਪੁੱਛ ਸਕਦੇ ਹੋ ਲਰਨ ਟੂ ਐਕਚੁਅਲਾਈਜ਼ ਡਾਕਟਰ ਤੀਰਤ ਸਿੰਘ ਥੈਂਕ ਯੂ